ਆਪਣੇ ਇਲਾਕੇ ਦੇ ਪਿੰਡਾਂ, ਸ਼ਹਿਰਾਂ ਅਤੇ ਨਗਰਾਂ ਦੇ ਵਿੱਚ ਨਿੱਜੀ, ਧਾਰਮਿਕ, ਸਮਾਜਿਕ, ਰਾਜਨੀਤਿਕ ਅਤੇ ਖੇਡਾਂ ਦੇ ਹਰ ਪ੍ਰਕਾਰ ਦੇ ਪ੍ਰੋਗਰਾਮ ਪੂਰੀ ਦੁਨੀਆ ਦੇ ਵਿੱਚ ਪ੍ਰਸਾਰਿਤ ਕਰਨ ਵਾਸਤੇ HD ਕੁਆਲਿਟੀ ਦੇ ਨਾਲ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹੈ ਆਵਾਜ਼ੇ ਕੌਮ TV। ਅੱਜ ਹੀ ਸੰਪਰਕ ਕਰੋ ਆਵਾਜ਼ੇ ਕੌਮ TV। ਕੋਈ ਅਜਿਹੀਆਂ ਘਟਨਾਵਾਂ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਜਦੋਂ ਤੁਹਾਨੂੰ ਐਂ ਲੱਗਾ ਹੋਵੇ ਕਿ ਇਹ ਜਿਹੜੀ ਮੂਵਮੈਂਟ ਆ ਖਾਲੜਾ ਸਾਹਿਬ ਨੇ ਸ਼ੁਰੂ ਕੀਤੀ, ਬਸ਼ਰਤੇ ਉਹਨਾਂ ਨੇ ਲਵਾਰਸ ਲਾਸ਼ਾਂ ਦਾ ਜਿਹੜਾ ਸੱਚ ਆ ਸਾਰੇ ਸੰਸਾਰ ਸਾਹਮਣੇ ਲਿਆਂਦਾ, ਸਾਰੇ ਆਪਾਂ ਜਾਣਦੇ। ਇਸ ਤੋਂ ਇਲਾਵਾ ਕੋਈ ਘਟਨਾ ਜਾਂ ਘਟਨਾਵਾਂ ਤੁਹਾਨੂੰ ਚੇਤੇ ਹੋਣ? ਜਦੋਂ ਸਾਡੇ ਘਰਿਆਲੇ ਪਿੰਡ ਦੇ ਵਿੱਚ ਲੜਕੀਆਂ ਦੇ ਸਕੂਲ 'ਚ CRP ਅਤੇ ਪੁਲਿਸ ਦੀ ਬਕਾਇਦਾ ਚੌਂਕੀ ਸੀ, ਅਤੇ ਉੱਥੇ ਪੁਲਿਸ ਵਾਲੇ ਜਾਂ CRP ਵਾਲੇ ਜਿਹੜੀਆਂ ਲੜਕੀਆਂ ਦੇ ਘਰ ਦੇ ਚਾਚੇ ਤਾਏ, ਉਹਨਾਂ ਦੇ ਭਰਾ ਦਾਦੇ, ਉਹਨਾਂ ਨੂੰ ਲਿਆ ਕੇ ਫੜ ਕੇ ਅਤੇ ਇੰਟੈਰੋਗੇਟ ਕਰਦੇ ਸੀ ਲੜਕੀਆਂ ਦੇ ਸਾਹਮਣੇ ਸਕੂਲ ਟਾਈਮ ਗਰਾਊਂਡ ਦੇ ਵਿੱਚ ਸ਼ਰਿਆਮ ਹੁੰਦੇ ਆ। ਹਾਂ, ਸਾਰਾ ਕੁਛ ਕਿ 3rd degree ਜਿਹੜਾ ਜੋ ਵੀ ਉਸ ਟਾਈਮ 'ਤੇ ਟਾਰਚਰ ਕਰਦੇ ਸੀ ਪੁਲਿਸ CRP ਨੇ ਸ਼ਰਿਆਮ। ਖਾਲੜਾ ਸਾਹਿਬ ਨੂੰ ਜਦੋਂ ਹਾਈ ਕੋਰਟ ਗਏ ਅਦਾਲਤਾਂ, ਖਾਲੜਾ ਸਾਹਿਬ ਅਤੇ ਅਦਾਲਤਾਂ ਕਹਿੰਦੀਆਂ ਸੀ ਵੀ ਖਾਲੜਾ ਸਾਹਿਬ ਦਾ ਕਿਹੜਾ ਕੋਈ ਪਰਿਵਾਰ ਦਾ ਮੈਂਬਰ ਕੋਲ ਲਾਪਤਾ ਹੋਇਆ, ਆਹ ਸੀ ਘਨੌਣੀ ਕਾਰਵਾਈ ਹੁਣ ਅਦਾਲਤਾਂ ਦੀ ਜਦੋਂ ਬਾਅਦ ਦੇ ਵਿੱਚ, ਅਤੇ ਉਸ ਪਹਿਲਾਂ CRP ਦੇ ਤਾਂ ਮਨ ਦੇ ਵਿੱਚ ਜ਼ਹਿਰ ਭਰਿਆ ਪਿਆ ਸੀ ਉਸ ਟਾਈਮ 'ਤੇ ਸਿੱਖਾਂ, ਉਹ ਤਾਂ ਅਸੀਂ ਦੇਖਦੇ ਉਦੋਂ ਇੰਨਾ ਮਨ ਖੁਸ਼ ਵੀ ਹੋਇਆ ਅਤੇ ਫਖਰ ਵੀ ਹੋਇਆ ਵੀ ਜੋ ਗੱਲਾਂ ਖਾਲੜਾ ਸਾਹਿਬ ਸਾਨੂੰ ਕਹਿੰਦੇ ਸੀ ਵੀ ਮੌਤ ਤੋਂ ਡਰ ਲਾ ਦਿਓ ਅਤੇ ਤੁਹਾਨੂੰ ਦੁਨੀਆ ਦੀ ਕੋਈ ਤਾਕਤ ਡਰਾ ਨਹੀਂ ਸਕਦੀ।